ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਪੰਜਾਬੀ ਸਪੋਰਟ ਵਿੱਚ, ਜਿਸ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਦੁਨੀਆ ਦੀ ਸਭ ਤੋਂ ਫੇਮਸ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਬਾਰੇ, ਕਿ ਇਸ ਦਾ ਨਾਮ ਇੰਸਟਾਗ੍ਰਾਮ ਕਿਵੇਂ ਪਿਆ ਅਤੇ ਇਸ ਨੂੰ ਕਿਸਨੇ ਬਣਾਇਆ ਅਤੇ ਕੁਝ ਹੋਰ ਇੰਟਰਸਟਿੰਗ ਗੱਲਾਂ ਜੋ ਅੱਗੇ ਵੀਡੀਓ ਵਿੱਚ ਦੱਸਾਂਗੇ। ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਵੀਡੀਓ ਨੂੰ ਸਟਾਰਟ। ਹਾਂਜੀ ਦੋਸਤੋ, ਜਿਵੇਂ ਅਸੀਂ ਜਾਣਦੇ ਹਾਂ ਕਿ ਇੰਸਟਾਗ੍ਰਾਮ ਨੂੰ ਆਮ ਲੋਕਾਂ ਤੋਂ ਲੈ ਕੇ ਸੈਲੀਬ੍ਰਿਟੀ ਜਿਵੇਂ ਬੋਲੀਵੁੱਡ ਅਤੇ ਹਾਲੀਵੁੱਡ ਸਟਾਰਸ ਯੂਜ ਕਰਦੇ ਹਨ ਅਤੇ ਆਪਣੀ ਪਰਸਨਲ ਲਾਈਫ ਬਾਰੇ ਵੀ ਕਾਫੀ ਗੱਲਾਂ ਸ਼ੇਅਰ ਕਰਦੇ ਹਨ। ਇਸ ਐਪ ਰਾਹੀਂ ਸਾਨੂੰ ਆਮ ਲੋਕਾਂ ਦਾ ਕਾਫੀ ਸਾਰਾ ਟੈਲੈਂਟ ਦੇਖਣ ਨੂੰ ਮਿਲਿਆ, ਜਿਵੇਂ ਫੋਟੋਗ੍ਰਾਫਰਸ, ਮਾਡਲ ਅਤੇ ਹੋਰ ਕਈ ਕਲਾਕਾਰ ਫੇਮਸ ਹੋ ਕੇ ਦੁਨੀਆ ਵਿੱਚ ਅੱਗੇ ਵੀ ਆਏ। ਦੋਸਤੋ, ਇੰਸਟਾਗ੍ਰਾਮ 6 ਅਕਤੂਬਰ 2010 ਵਿੱਚ ਲਾਂਚ ਕੀਤਾ ਗਿਆ ਸੀ। ਦੋਸਤੋ, ਇਸ ਐਪ ਨੂੰ ਸਭ ਤੋਂ ਪਹਿਲਾਂ ਬਰਗਨ ਨਾਮ ਦੇ ਪ੍ਰੋਜੈਕਟ ਨਾਲ ਸ਼ੁਰੂ ਕੀਤਾ ਗਿਆ ਸੀ। ਦੋਸਤੋ, ਇਸ ਪ੍ਰੋਜੈਕਟ ਨੂੰ ਦੋ ਦੋਸਤਾਂ ਨੇ ਆਪਸ ਵਿੱਚ ਮਿਲ ਕੇ ਬਣਾਇਆ ਸੀ, ਜਿਨ੍ਹਾਂ ਦਾ ਨਾਮ ਸੀ ਕੈਵਿਨ ਸਿਸਟਰੋਮ ਅਤੇ ਮਾਈਕ ਕ੍ਰੀਗਰ। ਦੋਸਤੋ, ਬਰਬਨ ਵੀ ਇੱਕ ਫੋਟੋ ਸ਼ੇਅਰਿੰਗ ਪ੍ਰੋਜੈਕਟ ਸੀ। ਇਸ ਵਿੱਚ ਫੋਟੋ ਸ਼ੇਅਰਿੰਗ ਤੋਂ ਇਲਾਵਾ ਵੀ ਬਹੁਤ ਸਾਰੇ ਫੀਚਰਸ ਸਨ ਜੋ ਇਸ ਨੂੰ ਕਾਫੀ ਕੰਪਲੀਕੇਟਡ ਬਣਾਉਂਦੇ ਸਨ, ਇਸ ਕਰਕੇ ਇਹ ਬਹੁਤਾ ਸਫਲ ਨਹੀਂ ਹੋ ਪਾਇਆ। ਬਾਅਦ ਵਿੱਚ ਇਸ ਐਪਲੀਕੇਸ਼ਨ ਦੀ ਕਾਫੀ ਕਮੀਆਂ ਲੱਭਣ ਤੋਂ ਬਾਅਦ ਇਸ ਵਿੱਚ ਫੀਚਰਾਂ ਨੂੰ ਘਟਾ ਦਿੱਤਾ ਗਿਆ ਅਤੇ ਫੋਟੋ ਸ਼ੇਅਰਿੰਗ ਦੇ ਵੱਲ ਜ਼ਿਆਦਾ ਕੰਸਨਟ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਕਾਫੀ ਮਿਹਨਤ ਤੋਂ ਬਾਅਦ 16 ਜੁਲਾਈ 2010 ਵਿੱਚ ਇੰਸਟਾਗ੍ਰਾਮ ਬਣ ਕੇ ਤਿਆਰ ਹੋ ਗਿਆ ਸੀ। ਇਸ ਦੀ ਅਫੀਸ਼ੀਅਲ ਲਾਂਚਿੰਗ 6 ਅਕਤੂਬਰ 2010 ਵਿੱਚ ਪਹਿਲੀ ਵਾਰ ਐਪਲ ਐਪ ਸਟੋਰ ਨੇ ਕੀਤੀ ਸੀ। ਦੋਸਤੋ, ਇੰਸਟਾਗ੍ਰਾਮ ਨਾਮ ਦੋ ਸ਼ਬਦਾਂ ਨੂੰ ਜੋੜ ਕੇ ਬਣਾਇਆ ਗਿਆ ਹੈ, ਜੋ ਸ਼ਬਦ ਹਨ ਇੰਸਟੈਂਟ ਕੈਮਰਾ ਤੇ ਟੈਲੀਗ੍ਰਾਮ। ਦੋਸਤੋ, ਜਿਵੇਂ ਸਾਨੂੰ ਪਤਾ ਹੈ ਕਿ ਇੰਸਟਾਗ੍ਰਾਮ ਸਾਡੀ ਫੋਟੋ ਨੂੰ ਜ਼ਿਆਦਾ ਆਕਰਸ਼ਿਤ ਬਣਾਉਣ ਲਈ ਕਾਫੀ ਸਾਰੇ ਫਿਲਟਰ ਪ੍ਰੋਵਾਈਡ ਕਰਾਉਂਦਾ ਹੈ। ਦੋਸਤੋ, ਇੰਸਟਾਗ੍ਰਾਮ ਵਿੱਚ ਫਿਲਟਰ ਐਡ ਕਰਨ ਦਾ ਆਈਡੀਆ ਕੈਵਿਨ ਨੂੰ ਉਹਨਾਂ ਦੀ ਗਰਲਫ੍ਰੈਂਡ ਦੁਆਰਾ ਦਿੱਤਾ ਗਿਆ ਸੀ। ਦੋਸਤੋ, ਇੰਸਟਾਗ੍ਰਾਮ ਤੇ ਪਹਿਲੀ ਫੋਟੋ 16 ਜੁਲਾਈ 2010 ਨੂੰ ਵੀ ਪੋਸਟ ਕਰ ਦਿੱਤੀ ਗਈ ਸੀ, ਜਿਸ ਵਿੱਚ ਕੈਵਿਨ ਦਾ ਕੁੱਤਾ ਤੇ ਉਹਨਾਂ ਦੀ ਗਰਲਫ੍ਰੈਂਡ ਦਾ ਪਿਆਰ ਸੀ ਤੇ ਉਸ ਫੋਟੋ ਨੂੰ ਐਕਸਪ੍ਰੋ ਨਾਂ ਦੇ ਫਿਲਟਰ ਨਾਲ ਖਿੱਚਿਆ ਗਿਆ ਸੀ। ਦੋਸਤੋ, ਇੰਸਟਾਗ੍ਰਾਮ ਨੇ ਆਪਣਾ ਐਂਡਰੋਇਡ ਵਰਜਨ ਐਪਲ ਸਟੋਰ ਤੇ ਲਾਂਚ ਕਰਨ ਤੋਂ 2 ਸਾਲ ਬਾਅਦ ਲਾਂਚ ਕੀਤਾ ਸੀ। ਅੱਜ ਦੀ ਡੇਟ ਵਿੱਚ ਇੰਸਟਾਗ੍ਰਾਮ ਐਪ ਪਲੇ ਸਟੋਰ ਤੇ 1 ਬਿਲੀਅਨ ਤੋਂ ਵੀ ਵੱਧ ਵਾਰ ਡਾਊਨਲੋਡ ਹੋ ਚੁੱਕਾ ਹੈ। ਦੋਸਤੋ, ਇੰਸਟਾਗ੍ਰਾਮ ਨੂੰ ਲਾਂਚ ਕਰਨ ਦੇ ਪਹਿਲੇ ਦਿਨ ਹੀ 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕਰ ਲਿੱਤਾ ਗਿਆ ਸੀ। ਦੋਸਤੋ, ਸਮੇਂ ਦੇ ਹਿਸਾਬ ਨਾਲ ਇੰਸਟਾਗ੍ਰਾਮ ਵਿੱਚ ਬਹੁਤ ਸਾਰੇ ਚੇਂਜਸ ਦੇਖਣ ਨੂੰ ਵੀ ਮਿਲੇ ਅਤੇ ਹੌਲੀ ਹੌਲੀ ਇਸ ਐਪ ਨੇ ਪੂਰੀ ਦੁਨੀਆ ਵਿੱਚ ਕਾਫੀ ਨਾਮ ਕਮਾਇਆ, ਜਿਸ ਕਰਕੇ ਕਾਫੀ ਕੰਪਨੀਆਂ ਨੇ ਇਸ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਟਵਿੱਟਰ ਤੇ ਸਕਿਊਆ ਕੈਪੀਟਲ ਆਦਿ। ਇੰਸਟਾਗ੍ਰਾਮ ਦੀ ਵੱਧਦੀ ਹੋਈ ਪੋਪੂਲੈਰਿਟੀ ਨੂੰ ਦੇਖਦੇ ਹੋਏ ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੂੰ ਵੀ ਅਹਿਸਾਸ ਹੋਣ ਲੱਗ ਪਿਆ ਸੀ ਕਿ ਇੰਸਟਾਗ੍ਰਾਮ ਇੱਕ ਨਾ ਇੱਕ ਦਿਨ ਫੇਸਬੁੱਕ ਨੂੰ ਵੀ ਬੀਟ ਕਰ ਦੇਵੇਗਾ। ਸੋ ਇਸੇ ਕਰਕੇ ਮਾਰਕ ਨੇ ਇੰਸਟਾਗ੍ਰਾਮ ਨੂੰ ਹਰ ਹਾਲਤ ਵਿੱਚ ਖਰੀਦਣ ਦਾ ਫੈਸਲਾ ਕੀਤਾ। ਅਪ੍ਰੈਲ 2012 ਵਿੱਚ ਫੇਸਬੁੱਕ ਨੇ ਇੰਸਟਾਗ੍ਰਾਮ ਨੂੰ ਇੱਕ ਵੱਡੀ ਰਕਮ ਦੇ ਕੇ $1 ਬਿਲੀਅਨ ਵਿੱਚ ਖਰੀਦ ਲਿਆ। ਦੋਸਤੋ, ਸਾਡੀ ਇਹ ਵੀਡੀਓ ਹੁਣ ਹੁੰਦੀ ਹੈ ਕਦਮ। ਦੋਸਤੋ, ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਬੋਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਦੋਸਤੋ, ਧੰਨਵਾਦ।